खुले आसमान के नीचे शौच करने वाले लोगों के खिलाफ अब प्रशासन ने अपनी मुहिम का ऐलान कर दिया है, जिसके तहत अब इसके खिलाफ सरकार एक जागरूक मुहिम शुरू करने जा रही है, जिसमें कि लोगों को खुले में शौच करने से पैदा होने वाली बीमारियों के संबंध में जागरूक किया जाएगा। इसके चलते अमृतसर के DC सरदार कमलजीत सिंह संघा ने सभी प्रशासनिक अधिकारियों के साथ तथा ग्रामीण अधिकारियों के साथ एक बैठक की, जिसमें उन्होंने इस संबंधी लोगों को जागरूक करने तथा इस पर नकेल डालने संबंधी विचार विमर्श किया और अधिकारियों को इस संबंधी ट्रेनिंग भी दी। इस अवसर पर सभी प्रशासनिक अधिकारी उपस्थित थे। अज असी अमृतसर विच जिहड़ा सैनिटेशन विभाग है, वाटर सप्लाई एंड सैनिटेशन डिपार्टमेंट, उहदे सारे उच्च अधिकारी ते जिहड़े उहनां दे ਪਿੰਡਾਂ ਤੱਕ ਕੰਮ ਕਰਨ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਸਾਰਿਆਂ ਨਾਲ ਮੀਟਿੰਗ ਕੀਤੀ ਸੀ। ਇਹ ਮੀਟਿੰਗ ਪ੍ਰਾਇਮਰੀਲੀ ਇਸ ਕਰਕੇ ਕੀਤੀ ਸੀ ਕਿ ਜਿਹੜਾ ਓਪਨ ਡੈਫੀਕੇਸ਼ਨ ਫ੍ਰੀ ਬਣਾਉਣ ਦੀ ਜਿਹੜੀ ਸਾਡੀ ਇੱਕ ਐਫਰਟ ਹੈ ਅੰਮ੍ਰਿਤਸਰ ਜ਼ਿਲ੍ਹੇ ਨੂੰ, ਉਹਦੇ ਤਹਿਤ ਉਸ ਕੰਮ ਨੂੰ ਸਪੀਡ ਅਪ ਕਰਨ ਵਾਸਤੇ, ਉਹਨਾਂ ਨੂੰ ਸੈਂਸਟਾਈਜ਼ ਕਰਨ ਵਾਸਤੇ ਅਤੇ ਇਹੋ ਜਿਹੀ ਮੈਥਡੋਲੋਜੀ ਅਡੋਪਟ ਕਰਨ ਵਾਸਤੇ ਜਿਹਦੇ ਨਾਲ ਵਧੀਆ ਢੰਗ ਦੇ ਨਾਲ ਲੋਕਾਂ ਨੂੰ ਇਸ ਫਾਇਦਾ ਵੀ ਮਿਲ ਸਕੇ ਔਰ ਅਸੀਂ ਇਸ ਖੁੱਲ੍ਹੇ 'ਚ ਸ਼ੌਚ ਦੀ ਜਿਹੜੀ ਮਾੜੀ ਇੱਕ ਪ੍ਰਥਾ ਇਹਦੇ ਤੋਂ ਮੁਕਤ ਹੋ ਸਕੀਏ। ਉਸ ਸੰਬੰਧੀ ਸਾਡੇ SC ਸਾਹਿਬ, ਐਕਸ਼ਨ ਸਾਹਿਬ, ਉਹ ਵੀ ਉਹਨਾਂ ਨੇ ਵੀ ਪਾਰਟੀਸਪੇਟ ਕੀਤਾ ਅਤੇ ਉਚੇਚੇ ਤੌਰ 'ਤੇ ਸ਼੍ਰੀ ਮੁਹੰਮਦ ਇਸ਼ਫਾਕ ਜੀ ਚੰਡੀਗੜ੍ਹ ਤੋਂ ਆਏ ਇਸ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ, ਜਿਹੜੇ ਕਿ ਡਾਇਰੈਕਟਰ ਸੈਨੀਟੇਸ਼ਨ ਨੇ, ਜਿਹੜੇ ਇਸ ਕੰਮ ਨੂੰ ਦੇਖ ਰਹੇ ਨੇ ਪੰਜਾਬ ਵਿੱਚ। ਇਹਦੇ ਤੋਂ ਇਲਾਵਾ ਜਿਹੜੀ ਪਿੰਡਾਂ ਦੇ ਨਾਲ ਖਾਸ ਕਰਕੇ ਸੰਬੰਧਿਤ ਹੈ, ਜਿਹੜਾ ਨਰੇਗਾ ਦਾ ਕੰਮ ਹੈ, ਨਰੇਗਾ ਦਾ ਇਸ਼ੂ ਹੈ, ਉਹਦੇ 'ਚ ਵੀ ਇਸ ਕੰਮ ਨੂੰ ਤੇਜ਼ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਇਹਦਾ ਫਾਇਦਾ ਪਹੁੰਚਾਉਣ ਲਈ ਕਾਫੀ ਇਸ਼ੂਜ਼ ਡਿਸਕਸ ਕੀਤੇ ਗਏ, ਜਿਨ੍ਹਾਂ 'ਚੋਂ ਇੱਕ ਇਸ਼ੂ ਇਹ ਵੀ ਸੀ ਕਿ ਜਿਹੜੀ ਪਿੰਡਾਂ ਦੇ ਵਿੱਚ ਜਿਹੜੇ ਵੀ ਐਲੀਜੀਬਲ ਇਹੋ ਜਿਹੇ ਫੰਕਸ਼ਨਰੀਜ਼ ਨੇ, ਉਹਨਾਂ ਨੂੰ ਵੱਧ ਤੋਂ ਵੱਧ ਜੋਬ ਕਾਰਡ ਦੇ ਕੇ ਔਰ ਇਸ ਕੰਮ ਨੂੰ ਤੇਜ਼ੀ ਨਾਲ ਅੱਗੇ ਲਿਜਾਈਏ। ਜਿਹਦੇ ਤਹਿਤ ਅਸੀਂ ਹੋਰ ਵੀ ਕਈ ਗੱਲਾਂ ਡਿਸਕਸ ਕੀਤੀਆਂ, ਜਿਵੇਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਆ, ਅਕਸਰ ਦੇਖਣ 'ਚ ਆਉਂਦਾ ਕਿ ਉਹਦੇ ਜਿਹੜੀਆਂ ਬਰਮਾਂ ਹੈਗੀਆਂ ਉਹ ਕਈ ਵਾਰੀ ਕਈ ਕਿਸਾਨ ਜਿਹੜੇ ਨਾਲ ਦੀ ਜ਼ਮੀਨ ਵਾਲੇ ਹੁੰਦੇ ਆ ਉਹਨੂੰ ਕੱਟ ਲੈਂਦੇ ਆ ਅਤੇ ਆਪਣੀ ਜ਼ਮੀਨ 'ਚ ਰਲਾ ਲੈਂਦੇ ਆ। ਉਹ ਆਪਣੇ ਛੋਟੇ ਜਿਹੇ ਫਾਇਦੇ ਨਾਲ, ਫਾਇਦੇ ਨੂੰ ਪ੍ਰਾਪਤ ਕਰਨ ਲਈ ਉਹ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰ ਦਿੰਦੇ ਆ। ਔਰ ਪਿੰਡਾਂ 'ਚ ਅਕਸਰ ਕੰਬਾਈਨਾਂ ਜਾਂ ਕੋਈ ਹੋਰ ਟਰੈਕਟਰ ਵਗੈਰਾ ਜਿਸ ਵੇਲੇ ਇਕੱਠੇ ਜਾਂਦੇ ਆ ਤਾਂ ਲੰਘਣ ਲਈ ਰਸਤਾ ਨਹੀਂ ਹੁੰਦਾ। ਕਈ ਵਾਰੀ ਤੁਸੀਂ ਰੀਸੈਂਟਲੀ ਦੇਖਿਆ ਅੱਗ ਲੱਗਣ ਦੀ ਸੂਰਤ ਵਿੱਚ ਫਸ ਕਰ ਲਓ ਤੁਸੀਂ ਫਾਇਰ ਬ੍ਰਿਗੇਡ ਭੇਜਣਾ ਤਾਂ ਉਹਨੂੰ ਵੀ ਕਈ ਵਾਰੀ ਟ੍ਰੈਫਿਕ ਵਿੱਚ ਫਸਣ ਦੀ ਜਾਂ ਇਹੋ ਜਿਹੀ ਕੋਈ ਸਮੱਸਿਆ ਆਉਂਦੀ ਹੈ। ਐਂਬੂਲੈਂਸ ਨੂੰ ਜਿਸ ਵੇਲੇ ਕਾਹਲੀ 'ਚ ਜਾਣਾ ਹੁੰਦਾ ਉਹਦੀ ਵੀ ਸਮੱਸਿਆ ਆਉਂਦੀ ਹੈ। ਤਾਂ ਮੈਂ ਸਾਰਿਆਂ ਨੂੰ PWD ਔਰ ਜਿਹੜੇ ਮੰਡੀ ਬੋਰਡ ਦੇ ਜਿਹੜੇ ਵਿਭਾਗ ਦੇ ਜਿਹੜੇ ਇੰਜੀਨੀਅਰਸ ਨੇ ਉਹਨਾਂ ਨੂੰ ਕਿਹਾ, ਅਸੀਂ ਨਾਲ ਹੀ ਉਹਨਾਂ ਦੇ ਆਪਣੇ STM ਸਾਹਿਬਾਨ, ਸਾਡੇ BDOs, DDPO ਸਾਹਿਬਾਨ, ਉਹਨਾਂ ਨੂੰ ਵੀ ਕਿਹਾ ਕਿ ਇੱਕ ਸਾਂਝਾ ਇੱਕ ਹੱਲਾ ਮਾਰ ਕੇ ਅਸੀਂ ਆਉਣ ਵਾਲੇ 1 ਮਹੀਨੇ ਦੇ ਵਿੱਚ ਜਿੰਨੀਆਂ ਵੀ ਬਰਮਾ ਦੀ ਜਿਹੜੀ ਹਾਲਤ ਮਾੜੀ ਹੈ ਉਹ ਵੱਧ ਤੋਂ ਵੱਧ ਠੀਕ ਕਰ ਸਕੀਏ। ਨਾਲ ਲਾ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਪੂਰਾ ਕੀਤਾ ਜਾ ਸਕਦਾ। ਸਿਰਫ ਜੇ ਟੋਇਲਟ ਬਣਾਉਣ ਦੀ ਗੱਲ ਕਰੀਏ ਤਾਂ ਉਹਦੇ ਨਾਲ ਇਸ ਕੰਮ ਤੋਂ ਮੁਕਤੀ ਨਹੀਂ ਮਿਲਣੀ, ਕਿਉਂਕਿ ਬੜੇ ਸਾਲ ਹੋ ਗਏ, ਬੜੇ ਦਹਾਕੇ ਹੋ ਗਏ ਇਸ ਕੋਸ਼ਿਸ਼ ਵਿੱਚ। ਸੋ ਮੇਰੀ ਮੀਡੀਆ ਨੂੰ ਅਪੀਲ ਹੈ ਕਿ ਲੋਕਾਂ ਨੂੰ ਇਸ ਓਪਨ ਡੈਫੀਕੇਸ਼ਨ ਅਤੇ ਖੁੱਲ੍ਹੇ 'ਚ ਸ਼ੌਚ ਜਾਣ ਦੀ ਜਿਹੜੀ ਪ੍ਰਥਾ ਦੇ ਨਾਲ ਜਿਹੜੇ ਹਾਰਮਫੁਲ ਇਫੈਕਟਸ ਹੈ, ਜਿਹੜੇ ਲੋਕਾਂ ਨੂੰ ਨੁਕਸਾਨ ਹੁੰਦੇ ਆ, ਉਹਨਾਂ ਬਾਬਤ ਜਾਗਰੂਕ ਕਰਕੇ ਇੱਕ ਮਾਹੌਲ ਸਿਰਜਣ, ਤਾਂ ਜੋ ਇਸ ਵੇਲੇ ਸਾਡੇ ਮੋਟੀਵੇਟਰਸ ਅਤੇ ਡਿਪਾਰਟਮੈਂਟ ਦੇ ਬੰਦੇ ਅਪਰੋਚ ਕਰਦੇ ਆ ਉਹਨਾਂ ਨਿਵਾਸੀਆਂ ਨੂੰ, ਪਿੰਡ ਨਿਵਾਸੀਆਂ ਨੂੰ, ਤਾਂ ਉਹ ਇੱਕ ਇਹੋ ਜਿਹੇ ਮਾਇੰਡਸੈਟ ਦੇ ਪਹਿਲੇ ਬਣੇ ਹੋਣ ਕਿ ਉਹਨਾਂ ਦੀ ਸੋਚ ਦੇ ਵਿੱਚ ਤਬਦੀਲੀ ਆਵੇ ਤਾਂ ਜੋ ਇਸ ਗੱਲ ਤੋਂ ਸਾਨੂੰ ਮੁਕਤੀ ਮਿਲ ਸਕੇ। ਥੈਂਕ ਯੂ।